ਸਤਿ ਸ਼੍ਰੀ ਅਕਾਲ, ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਜੰਨਤ ਸ਼ੁਭ। ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸੀਐਮ ਮਾਨ ਨੇ ਸੁਖਬੀਰ ਸਿੰਘ ਬਾਦਲ ਦੀ ਚੁਣੌਤੀ ਨੂੰ ਕਬੂਲਿਆ। ਜੀ ਹਾਂ, ਮਾਨਹਾਨੀ ਕੇਸ ਤੇ ਸੀਐਮ ਮਾਨ ਦਾ ਇੱਕ ਵੱਡਾ ਬਿਆਨ ਆਇਆ। ਉਹਨਾਂ ਨੇ ਆਖਿਆ ਕਿ ਸੀਐਮ ਸੁਖਬੀਰ ਸਿੰਘ ਬਾਦਲ ਦੀ ਚੁਣੌਤੀ ਨੂੰ ਮੈਂ ਕਬੂਲਦਾ ਹਾਂ ਅਤੇ ਹਰ ਹਫ਼ਤੇ ਜਿਹੜੀ ਹੈ ਇਸ ਕੇਸ ਦੀ ਤਰੀਕ ਮੰਗਿਆ ਕਰਾਂਗੇ ਅਤੇ ਨਾਲ ਦੀ ਨਾਲ ਬਾਦਲਾਂ ਦੀਆਂ ਜਾਇਦਾਦਾਂ ਨੂੰ ਲੈ ਕੇ ਵੀ ਵੱਡੇ ਖੁਲਾਸੇ ਕਰਾਂਗੇ। ਜੀ ਹਾਂ, ਸੀਐਮ ਮਾਨ ਦਾ ਇਹ ਨਿੱਜੀ ਚੈਨਲ ਨੂੰ ਇੱਕ ਬਿਆਨ ਹੈ, ਇੱਕ ਵੱਡਾ ਬਿਆਨ ਸਾਹਮਣੇ ਆਇਆ ਜਦੋਂ 1 ਨਵੰਬਰ ਦੀ ਡਿਬੇਟ ਦੇ ਵਿੱਚ ਨਹੀਂ ਪਹੁੰਚਦੇ ਨੇ ਕੋਈ ਵੀ ਵਿਰੋਧੀ ਧਿਰਾਂ ਦੇ ਨੇਤਾ ਅਤੇ ਉਸ ਤੋਂ ਬਾਅਦ ਵਿੱਚ ਸੀਐਮ ਮਾਨ ਬਾਲਾਸਰ ਫਾਰਮ ਨੂੰ ਲੈ ਕੇ ਵੀ ਵੱਡੇ ਖੁਲਾਸੇ ਕਰਦੇ ਨੇ, ਅਕਾਲੀ ਦਲ 'ਤੇ ਵੀ ਕਈ ਨਿਸ਼ਾਨੇ ਸਾਧਦੇ ਨੇ ਅਤੇ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਆਖਿਆ ਸੀਗਾ ਕਿ ਮੈਂ ਮਾਨਹਾਨੀ ਦਾ ਕੇਸ ਕਰਾਂਗਾ। ਹੁਣ ਸੀਐਮ ਮਾਨ ਦਾ ਇੱਕ ਨਿੱਜੀ ਚੈਨਲ ਨੂੰ ਵੱਡਾ ਬਿਆਨ ਦਿੱਤਾ ਹੈ, ਉਸ ਵਿੱਚ ਸਾਹਮਣੇ ਆਇਆ ਕਿ ਮੈਂ ਸੁਖਬੀਰ ਸਿੰਘ ਬਾਦਲ ਦੀ ਇਸ ਚੁਣੌਤੀ ਨੂੰ ਕਬੂਲਦਾ ਹਾਂ ਅਤੇ ਹਰ ਹਫ਼ਤੇ ਜਿਹੜੀ ਇਹ ਤਰੀਕ ਮੰਗਿਆ ਕਰਾਂਗਾ ਜਿਸ ਦੇ ਵਿੱਚ ਸੀਐਮ ਮਾਨ ਅਕਾਲੀਆਂ ਦੀਆਂ ਜਾਇਦਾਦਾਂ ਨੂੰ ਲੈ ਕੇ, ਸੁਖਬੀਰ ਸਿੰਘ ਬਾਦਲ ਦੀ ਜਾਇਦਾਦ ਨੂੰ ਲੈ ਕੇ ਜਨਤਕ ਖੁਲਾਸੇ ਕਰਨਗੇ। ਇਸ ਬਾਬਤ ਵਧੇਰੇ ਜਾਣਕਾਰੀ ਦੇ ਲਈ ਮੇਰੇ ਨਾਲ ਫੋਨ ਲਾਈਨ 'ਤੇ ਮੇਰੇ ਸਹਿਯੋਗੀ ਵਿਵੇਕ ਕੁਮਾਰ ਜੁੜ ਚੁੱਕੇ ਨੇ। ਵਿਵੇਕ, ਜੇਕਰ ਗੱਲ ਕਰੀਏ ਸੀਐਮ ਮਾਨ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਅਕਾਲੀ ਦਲ ਨੂੰ ਲੈ ਕੇ, ਸੁਖਬੀਰ ਸਿੰਘ ਬਾਦਲ ਨੇ ਆਖਿਆ ਸੀਗਾ ਕਿ ਮੈਂ ਮਾਨਹਾਨੀ ਦਾ ਕੇਸ ਕਰਾਂਗਾ, ਉਸਨੂੰ ਕਬੂਲ ਲਿਆ ਗਿਆ, ਕਿਵੇਂ ਦੇਖਦੇ ਹੋ ਇਸ ਬਿਆਨ ਨੂੰ? ਜੀ ਜੰਨਤ, ਜੇਕਰ ਆਪਾਂ ਪੂਰੀ ਆਪਾਂ ਬੈਕਗ੍ਰਾਉਂਡ ਦੇ ਉੱਤੇ ਨਿਗਾਹ ਮਾਰੀਏ ਤਾਂ 1 ਨਵੰਬਰ ਨੂੰ ਜਦੋਂ ਪੰਜਾਬ ਦੇ ਵਿੱਚ ਪੰਜਾਬ ਡੇ ਮਨਾਇਆ ਜਾ ਰਿਹਾ ਸੀ ਤਾਂ ਉਸ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਮਹਾ ਡਿਬੇਟ ਦਾ ਸੱਦਾ ਦਿੱਤਾ ਗਿਆ ਸੀ ਵਿਰੋਧੀ ਧਿਰਾਂ ਦੇ ਨੂੰ ਕਿ ਜਿਹੜਾ SYL ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਲਗਾਤਾਰ ਘਿਰਦੀ ਆ ਰਹੀ ਸੀ। ਸੋ ਉਸ ਬਾਬਤ ਸੀ ਕਿ ਤੁਸੀਂ ਇੱਕ ਮੁੱਦੇ ਨੂੰ ਲੈ ਕੇ ਪੰਜਾਬ ਦੇ ਨੂੰ ਨਾ ਘੇਰੋ ਤੇ ਬਿਆਨਬਾਜ਼ੀ ਕਰੋ, ਬਲਕਿ ਪੰਜਾਬ ਦੇ ਹਰ ਇੱਕ ਮੁੱਦੇ ਦੇ ਉੱਤੇ ਅਸੀਂ ਬੈਠ ਕੇ ਗੱਲ ਕਰਾਂਗੇ। ਸੋ ਉਸ ਡਿਬੇਟ ਦੇ ਵਿੱਚ ਵਿਰੋਧੀ ਧਿਰਾਂ ਤਾਂ ਪਹੁੰਚਿਆ ਨਹੀਂ, ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਰੂਰ ਇੱਕ PPT ਦੇ ਥਰੂ, ਜਿਹੜਾ ਇੱਕ LCD ਦੇ ਥਰੂ, ਇੱਕ ਪ੍ਰੋਜੈਕਟਰ ਦੇ ਥਰੂ ਪੰਜਾਬੀਆਂ ਨੂੰ ਸਮਝਾਇਆ ਸੀ ਕਿ SYL ਦਾ ਮੁੱਦਾ ਹੈ ਕਿਤੇ, ਸ਼ੁਰੂ ਕਦੋਂ ਤੋਂ ਹੋਇਆ। ਉਸ ਤੋਂ ਬਾਅਦ ਉਹਨਾਂ ਨੇ ਇਸ ਪੂਰੇ ਬਿਆਨ ਦੇ ਵਿੱਚ ਇੱਕ ਗੱਲ ਦਾ ਜ਼ਿਕਰ ਕੀਤਾ ਕਿ ਕਿਵੇਂ ਬਾਦਲ ਪਰਿਵਾਰ ਨੇ ਜਿਹੜਾ ਬਾਲਾਸਰ ਆਪਣੇ ਫਾਰਮ ਹਾਊਸ ਨੂੰ ਲੈ ਕੇ ਇੱਕ ਖਾਸ ਨਹਿਰ ਦਾ ਨਿਰਮਾਣ ਕੀਤਾ ਤੇ ਉਸ ਤੋਂ ਜਿਹੜੀ ਪੂਰੀ ਸਿਆਸਤ ਸ਼ੁਰੂ ਹੋਈ ਤੇ 1 ਕਰੋੜ ਦੇ ਜਿਹੜਾ ਨਹਿਰ ਦੀ ਸਫਾਈ ਦੇ ਉੱਤੇ ਚੈੱਕ ਦੇ ਸਾਈਨ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਇਲਜ਼ਾਮ ਲਗਾਏ ਸੀਗੇ। ਸੋ ਜਿਸ ਨੂੰ ਲੈ ਕੇ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਹਾਵੀ ਰਹੇ ਸੁਖਬੀਰ ਸਿੰਘ ਬਾਦਲ, ਉਹਨਾਂ ਨੇ ਕਿਹਾ ਕਿ ਮੈਂ ਮਾਨਹਾਨੀ ਦਾ ਕੇਸ ਲਗਾਊਂਗਾ ਸੀਐਮ ਖਿਲਾਫ ਕਿਉਂਕਿ ਇਹ ਮੇਰੀ ਛੱਬੀ ਨੂੰ, ਸਾਡੇ ਪਰਿਵਾਰ ਦੀ ਛੱਬੀ ਨੂੰ ਖਰਾਬ ਕਰ ਰਹੇ ਨੇ। ਸੋ ਅੱਜ ਉਹਨਾਂ ਨੇ ਮੁਕਤਸਰ ਦੇ ਵਿੱਚ ਇਹ ਕੇਸ ਜਿਹੜਾ ਦਰਜ ਕਰਵਾਉਣਾ ਹੈ ਮੁਕਤਸਰ ਦੀ ਅਦਾਲਤ ਦੇ ਵਿੱਚ। ਸੋ ਉਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆ ਗਿਆ ਕਿ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਕਬੂਲਣ ਲਈ ਤਿਆਰ ਹਾਂ, ਜੋ ਚੈਲੇਂਜ ਉਹ ਦੇ ਰਹੇ ਨੇ ਮੈਨੂੰ ਮੈਂ ਕਬੂਲਣ ਲਈ ਤਿਆਰ ਹਾਂ ਤੇ ਇਸਦੇ ਨਾਲ ਇਹ ਕਿਹਾ ਕਿ ਮੇਰੇ ਕੋਲ ਸਾਰੇ ਕੱਚੇ ਚਿੱਠੇ ਪਏ ਨੇ ਕਿ ਜਿਹੜਾ ਸੁੱਖ ਵਿਲਾਸ ਤੋਂ ਲੈ ਕੇ ਜਿਹੜੀਆਂ ਬਾਹਰ ਵਿਦੇਸ਼ਾਂ ਦੇ ਵਿੱਚ ਪਾਰਕਿੰਗਾਂ ਤੱਕ ਦੇ ਠੇਕੇ ਨੇ ਸੁਖਬੀਰ ਬਾਦਲ ਦੇ ਜਾਂ ਬੇਨਾਮ ਜਾਇਦਾਦਾਂ ਇਹਨਾਂ ਦੇ ਵੱਲੋਂ ਬਣਾਈਆਂ ਗਈਆਂ ਨੇ, ਉਹ ਸਾਰੀਆਂ ਮੈਂ ਜਨਤਕ ਕਰਾਂਗਾ। ਸੋ ਇਸ ਤਰੀਕੇ ਦੀ ਹੁਣ ਖਿੱਚੋ ਤਾਣ ਦੋਨਾਂ ਤਰਫ ਤੋਂ ਚੱਲ ਰਹੀ ਹੈ। ਅੱਜ ਮੁਕਤਸਰ ਦੇ ਵਿੱਚ ਸੁਖਬੀਰ ਬਾਦਲ ਜਿਹੜਾ ਨੇ ਉਹ ਮਾਨਹਾਨੀ ਦਾ ਮਾਮਲਾ ਦਰਜ ਕਰਵਾਉਣ ਦੇ ਲਈ ਪਹੁੰਚ ਰਹੇ ਨੇ, ਕੇਸ ਪਾਉਣ ਦੇ ਲਈ ਪਹੁੰਚ ਰਹੇ ਨੇ ਤੇ ਉੱਥੇ ਹੀ ਹੁਣ ਸੀਐਮ ਭਗਵੰਤ ਮਾਨ ਦੇ ਵੱਲੋਂ ਇਸ ਚੈਲੇਂਜ ਨੂੰ ਐਕਸੈਪਟ ਕੀਤਾ। ਉਹਨਾਂ ਨੇ ਕਿਹਾ ਕਿ ਮੈਂ ਹਰ ਹਫ਼ਤੇ ਤਰੀਕ ਮੰਗਿਆ ਕਰੂੰਗਾ ਮਾਨਹਾਨੀ ਦੇ ਕੇਸਾਂ ਦੀ ਤੇ ਜਿਹੜੀ ਤੁਹਾਡੀ ਸਾਰੀ ਪ੍ਰੋਪਰਟੀ ਆ ਉਹ ਵੀ ਜਨਤਕ ਕਰੂੰਗਾ। ਜੀ, ਬਹੁਤ ਬਹੁਤ ਸ਼ੁਕਰੀਆ ਵਿਵੇਕ। ਸੋ ਸਾਡੇ ਨਾਲ ਇਸ ਵਕਤ ਫੋਨ ਲਾਈਨ ਤੇ ਜੁੜ ਚੁੱਕੇ ਨੇ ਅਕਾਲੀ ਦਲ ਦੇ ਚੀਫ ਸੈੱਲ ਮੁੱਖ ਬੁਲਾਰੇ ਅਰਸ਼ਦੀਪ ਕਲੇਰ। ਬਹੁਤ ਬਹੁਤ ਸਵਾਗਤ ਹੈ ਕਲੇਰ ਜੀ ਤੁਹਾਡਾ ਸਕਾਈ ਨਿਊਜ਼ ਪੰਜਾਬ ਤੇ। ਧੰਨਵਾਦ ਜੀ। ਜੀ, ਜੇਕਰ ਗੱਲ ਕਰੀਏ ਕਲੇਰ ਸਾਹਿਬ, ਸੀਐਮ ਮਾਨ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਜੋ ਸੁਖਬੀਰ ਬਾਦਲ ਦੇ ਵੱਲੋਂ ਚੈਲੰਜ ਦਿੱਤਾ ਗਿਆ ਸੀ, ਉਹਨਾਂ ਨੇ ਚੁਣੌਤੀ ਨੂੰ ਅਸੈਪਟ ਕਰ ਲਿਆ ਕਿ ਮੈਂ ਅਕਾਲੀ ਦਲ ਦੇ ਜਾਂ ਫਿਰ ਸੁਖਬੀਰ ਬਾਦਲ ਦੇ ਵੱਡੇ ਖੁਲਾਸੇ ਜਿਹੜੇ ਆ ਜਨਤਕ ਕਰਾਂਗਾ, ਕਿਵੇਂ ਦੇਖਦੇ ਹੋ ਇਸ ਬਿਆਨ ਨੂੰ?
ਦੇਖੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਮੁੱਖ ਮੰਤਰੀ ਕੌਣ ਹੈ ਪਿਛਲੇ 2 ਸਾਲ ਤੋਂ ਪੰਜਾਬ ਦਾ? ਭਗਵੰਤ ਮਾਨ ਸਾਹਿਬ ਨੇ, ਗ੍ਰਹਿ ਵਿਭਾਗ ਉਹਨਾਂ ਦਾ, ਵਿਜੀਲੈਂਸ ਡਿਪਾਰਟਮੈਂਟ ਉਹਨਾਂ ਦਾ। ਸੋ ਜੇ ਪੰਜਾਬ ਦੇ ਵਿੱਚ ਕੁਛ ਗਲਤ ਹੋਇਆ ਸੀ ਤਾਂ ਕਾਰਵਾਈ ਮੁੱਖ ਮੰਤਰੀ ਨੇ ਕਰਨੀ ਸੀ, ਖੁਲਾਸੇ ਥੋੜਾ ਮੁੱਖ ਮੰਤਰੀ ਨੇ ਕਰਨੇ ਹੁੰਦੇ ਆ। ਮੁੱਖ ਮੰਤਰੀ ਦਾ ਕੰਮ ਹੁੰਦਾ ਕਾਰਵਾਈ ਕਰਨਾ। ਔਰ ਦੂਜੇ ਪਾਸੇ ਜਿਹੜਾ ਡੈਫੇਮੇਸ਼ਨ ਸੂਟ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੁਕਤਸਰ ਦੀ ਕੋਰਟ ਦੇ ਵਿੱਚ ਭਗਵੰਤ ਮਾਨ ਸਾਹਿਬ ਦੇ ਖਿਲਾਫ ਦਾਇਰ ਕੀਤਾ, ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਜੇ ਅੱਜ ਹੁਣ ਚੈਲੰਜ ਕਬੂਲਿਆ ਹੀ ਹੈ, ਜੇ ਹਰ ਇੱਕ ਪੇਸ਼ੀ ਤੇ ਜਾਣ ਦੀ ਗੱਲ ਕੀਤੀ ਹੋ ਹੈ, ਤਾਂ ਫਿਰ ਹੁਣ ਮੁੱਖ ਮੰਤਰੀ ਸਾਹਿਬ ਉੱਥੇ ਰਿਟਨ ਐਪਲੀਕੇਸ਼ਨ ਦੇਣ ਕਿ ਇਹਦੀ ਸਪੀਡੀ ਟ੍ਰਾਇਲ ਕੀਤੀ ਜਾਵੇ, ਤੇ ਮੁੱਖ ਮੰਤਰੀ ਸਾਹਿਬ ਆਪ ਐਗਜ਼ੰਪਸ਼ਨ ਨਹੀਂ ਮੰਗਣਗੇ, ਹਰ ਇੱਕ ਤਰੀਕ ਤੇ ਉੱਥੇ ਹਾਜ਼ਰ ਰਹਿਣਗੇ, ਬਹਾਨਾ ਨਹੀਂ ਲਾਉਣਗੇ ਕਿ ਅੱਜ ਮੈਂ ਵਿਪਾਸਨਾ ਕਰਨ ਬਾਹਰ ਚੱਲਿਆ ਜੀ, ਅੱਜ ਕੇਜਰੀਵਾਲ ਸਾਹਿਬ ਨੂੰ ਰੈਲੀ ਤੇ ਲੈ ਕੇ ਚੱਲਿਆ। ਸੋ ਇਹੋ ਜਿਹੀਆਂ ਗੱਲਾਂ ਤੋਂ ਮੁੱਖ ਮੰਤਰੀ ਗੁਰੇਜ਼ ਕਰਨ। ਔਰ ਦੂਜੇ ਪਾਸੇ ਅੱਜ ਪੰਜਾਬ ਦੇਖ ਰਿਹਾ, ਪੰਜਾਬ ਸਮਝਦਾ ਕਿ ਪੰਜਾਬ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨਾ ਤਾਂ ਡਿਵੈਲਪਮੈਂਟ ਦੀ ਗੱਲ ਕਰਨਾ ਚਾਹੁੰਦੇ ਨੇ, ਨਾ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨਾ ਚਾਹੁੰਦੇ ਨੇ, ਨਾ ਸੋਸ਼ਲ ਵੈਲਫੇਅਰ ਸਕੀਮਾਂ ਦੀ ਗੱਲ ਕਰਨਾ ਚਾਹੁੰਦੇ ਨੇ, ਨਾ ਲਾਅ ਐਂਡ ਆਰਡਰ ਤੇ ਜਵਾਬ ਦੇਣਾ ਚਾਹੁੰਦੇ ਨੇ। ਸਰਕਾਰ ਨੇ ਇੱਕੋ ਏਜੰਡਾ ਬਣਾ ਲਿਆ ਕਿ ਪੋਲੀਟੀਕਲ ਵਿਰੋਧੀਆਂ ਨੂੰ ਜਾਂ ਤਾਂ ਝੂਠੇ ਮੁਕੱਦਮਿਆਂ 'ਚ ਫਸਾ ਕੇ ਜੇਲ੍ਹਾਂ ਦੇ ਵਿੱਚ ਸੁੱਟ ਦਿਓ, ਜਾਂ ਫਿਰ ਝੂਠ ਬੋਲ ਕੇ ਉਹਨਾਂ ਨੂੰ ਬਦਨਾਮ ਕਰੋ। ਪਰ ਹੁਣ ਮੁੱਖ ਮੰਤਰੀ ਦੀਆਂ ਸ਼ਰਾਰਤਾਂ ਚੱਲਣ ਨਹੀਂ ਦੇਣੀਆਂ। ਸੋ ਜੋ 1 ਨਵੰਬਰ ਨੂੰ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਬੋਲਦਾ ਕਹਿ ਕੇ ਝੂਠ ਬੋਲਿਆ, ਕਿਉਂਕਿ ਪੰਜਾਬ ਤਾਂ ਬੋਲਿਆ ਕੋਈ ਨੀ, ਜਾਂ ਤਾਂ ਮੁੱਖ ਮੰਤਰੀ ਸਾਹਿਬ ਨੇ ਲੁਧਿਆਣੇ ਝੂਠ ਬੋਲਿਆ, ਜਾਂ ਬਾਹਰ ਪੰਜਾਬ ਪੁਲਿਸ ਦਾ ਡੰਡਾ ਬੋਲਿਆ, ਫਿਰ ਚਾਹੇ ਉਹ ਮੁਲਾਜ਼ਮ ਜਥੇਬੰਦੀਆਂ ਹੋਣ, ਵਿਦਿਆਰਥੀ ਜਥੇਬੰਦੀਆਂ ਹੋਣ, ਪੰਥਕ ਜਥੇਬੰਦੀਆਂ ਹੋਣ, ਸਿੱਧੂ ਮੂਸੇਵਾਲੇ ਦੇ ਪਿਤਾ ਜੀ ਹੋਣ, ਕਿਸੇ ਨੂੰ ਉੱਥੇ ਮੁੱਖ ਮੰਤਰੀ ਦੇ ਨੇੜੇ ਨਹੀਂ ਜਾਣ ਦਿੱਤਾ ਗਿਆ। ਸੋ ਜੋ ਝੂਠ ਉੱਥੇ ਮੁੱਖ ਮੰਤਰੀ ਨੇ ਬੋਲਿਆ ਬਾਦਲ ਸਾਹਿਬ ਦੇ ਖਿਲਾਫ, ਉਹਦੇ ਲਈ ਅਸੀਂ ਮਾਨਹਾਨੀ ਦਾ ਮੁਕੱਦਮਾ ਕਰ ਦਿੱਤਾ, ਤੇ ਮੁੱਖ ਮੰਤਰੀ ਹੁਣ ਉੱਥੇ ਆਉਣ, ਜਵਾਬ ਦੇਣ, ਤੇ ਜੁਡੀਸ਼ਰੀ ਤੇ ਸਾਨੂੰ ਪੂਰਾ ਭਰੋਸਾ ਹੈ ਕਿ ਮੁੱਖ ਮੰਤਰੀ ਸਾਹਿਬ ਨੇ, ਕਿਉਂਕਿ ਬੋਲੇ ਹੀ ਸਭ ਕੁਝ ਝੂਠ ਹੈ, ਇਸ ਲਈ ਜਵਾਬ ਦਿੱਤਾ ਨਹੀਂ ਜਾਣਾ ਤੇ ਇਨਸਾਫ ਜ਼ਰੂਰ ਹੋਊਗਾ। ਜੀ, ਜੇਕਰ ਮੈਂ ਗੱਲ ਕਰਾਂ, ਮੁੱਖ ਮੰਤਰੀ ਸਾਹਿਬ ਦਾ ਵੀ ਬਿਆਨ ਆਇਆ ਕਿ ਜੇ ਇੰਨਾ ਹੀ ਇਹਨਾਂ ਨੂੰ ਸੀਗਾ ਆਪਣਾ ਸੱਚਾਈ ਦਿਖਾਉਣ ਦਾ, ਤੇ ਫਿਰ 1 ਨਵੰਬਰ ਨੂੰ ਪਹੁੰਚੇ ਕਿਉਂ ਨਹੀਂ? ਕੋਈ ਵੀ ਵਿਰੋਧੀ ਧਿਰ 1 ਨਵੰਬਰ ਨੂੰ ਮਹਾਂ ਡਿਬੇਟ ਦੇ ਵਿੱਚ ਕਿਉਂ ਨਹੀਂ ਪਹੁੰਚੀ? ਦੇਖੋ, ਇਹ ਪੰਜਾਬ ਹੈ, ਮੁੱਖ ਮੰਤਰੀ ਸਾਹਿਬ ਸਭ ਤੋਂ ਪਹਿਲੀ ਗੱਲ ਤਾਂ ਇੱਕ ਯਾਦ ਰੱਖਣ ਕਿ ਪੰਜਾਬ ਆਪਣੀ ਤਹਿਜ਼ੀਬ ਕਰਕੇ ਜਾਣਿਆ ਜਾਂਦਾ ਹੈ, ਪੰਜਾਬ ਦਾ ਇੱਕੋ ਮੋਟੋ ਰਿਹਾ ਹੈ ਕਿ ਜੀ ਆਇਆਂ ਨੂੰ। ਸੋ ਜੇ ਆਪਣੇ ਘਰੇ ਵਿਆਹ ਵੀ ਰੱਖਿਆ ਹੋਵੇ ਨਾ, ਆਪਾਂ ਲੋਕਾਂ ਨੂੰ ਇਹ ਨਹੀਂ ਕਹਿੰਦੇ ਕਿ ਜੇ ਤੁਹਾਡੇ 'ਚ ਸ਼ਰਮ ਹੋਵੇ ਤਾਂ ਆ ਜਾਇਓ ਮੇਰੇ ਵਿਆਹ ਤੇ। ਸੋ ਮੁੱਖ ਮੰਤਰੀ ਸਾਹਿਬ ਨੂੰ ਪਹਿਲਾਂ ਸੱਦਾ ਦੇਣਾ ਆਉਣਾ ਚਾਹੀਦਾ ਕਿ ਸੱਦਾ ਦੇਈਦਾ ਕਿੱਦਾਂ। ਔਰ ਇਹ ਜਿਹੜੀਆਂ ਸਿਆਸੀ ਡਿਬੇਟਾਂ ਨੇ, ਚਲਾ ਕੌਣ ਰਿਹਾ ਸੀ ਉਹਨੂੰ? ਜੌੜਾ ਸਾਹਿਬ। ਕੀ ਜੌੜਾ ਸਾਹਿਬ ਨੂੰ ਪੰਜਾਬ ਦੇ ਮੁੱਦਿਆਂ ਦਾ ਪਤਾ? ਠੀਕ ਹੈ, ਜੌੜਾ ਸਾਹਿਬ ਇੱਕ ਕਲਚਰਲ ਬੰਦੇ ਨੇ, ਉਹਨਾਂ ਨੇ ਵੱਡੇ ਕਲਚਰਲ ਸਟੇਜ ਜ਼ਰੂਰ ਚਲਾਏ ਹੋਣਗੇ, ਪਰ ਜਿਹੜੇ ਪੰਜਾਬ ਦੇ ਸੰਜੀਦਾ ਮੁੱਦੇ ਨੇ ਉਹਨਾਂ ਦੇ ਲਈ ਨਾ ਤਾਂ ਜੌੜਾ ਸਾਹਿਬ ਪਰਫੈਕਟ ਬੰਦੇ ਸੀ, ਨਾ ਭਗਵੰਤ ਮਾਨ ਸਾਹਿਬ, ਉਹਦੇ ਲਈ ਕੋਈ ਵੱਡੇ ਬੁੱਧੀਜੀਵੀ ਸੱਦੇ ਜਾਂਦੇ, ਇੰਡੀਪੈਂਡੈਂਟ ਲੋਕ ਸੱਦੇ ਜਾਂਦੇ। ਤੇ ਡਿਬੇਟ ਦਾ ਮਕਸਦ ਹੁੰਦਾ ਕਿ ਲੋਕਾਂ ਲਈ ਓਪਨ ਹੋਵੇ। ਤੁਸੀਂ ਮੈਨੂੰ ਦੱਸੋ ਕਿ ਸਕਾਈ ਨਿਊਜ਼ ਦਾ ਕੈਮਰਾ ਅੰਦਰ ਡਿਬੇਟ ਤੇ ਜਾਣ ਦਿੱਤਾ? ਨਹੀਂ ਜਾਣ ਦਿੱਤਾ। ਸਿਲੈਕਟਿਵ ਫੀਡ ਬਾਹਰ ਭੇਜੀ ਜਾਣੀ ਸੀ, ਸਿਰਫ ਆਪਣੇ ਕੈਮਰੇ ਲਾਏ ਸੀ। ਸੋ ਇਹ ਡਿਬੇਟ ਨਹੀਂ ਹੁੰਦੀ, ਇਹ ਪੋਲੀਟੀਕਲ ਸਟੰਟ ਹੁੰਦਾ, ਤੇ ਪੋਲੀਟੀਕਲ ਪਾਰਟੀਆਂ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ, ਉਹ ਮੁੱਖ ਮੰਤਰੀ ਦੇ ਐਸੇ ਸਟੰਟਾਂ ਦੇ ਵਿੱਚ ਜਾਣ 'ਚ ਬਿਲਕੁਲ ਵਿਸ਼ਵਾਸ ਨਹੀਂ ਰੱਖਦੀਆਂ। ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਸਾਹਮਣੇ ਕਰਦੇ ਹਾਂ, ਠੋਕ ਵਜਾ ਕੇ ਕਰਦੇ ਹਾਂ। ਜੇ ਮੁੱਖ ਮੰਤਰੀ 'ਚ ਦਮ ਹੈ ਤਾਂ ਲੋਕਾਂ ਦੇ ਵਿੱਚ ਆ ਕੇ ਗੱਲ ਕਰਨ, ਬੰਦ ਕਮਰਿਆਂ 'ਚ ਆਪਣੇ ਕੈਮਰੇ ਲਾ ਕੇ ਡਿਬੇਟਾਂ ਨਹੀਂ ਹੁੰਦੀਆਂ। ਜੀ, ਸੀਐਮ ਮਾਨ ਨੇ ਵੀ ਆਖਿਆ ਕਿ ਮੈਂ ਹਰ ਹਫ਼ਤੇ ਤਰੀਕ ਮੰਗਾਂ ਕਰਾਂਗਾ ਇਸ ਕੇਸ ਦੀ, ਤੇ ਨਾਲ ਦੀ ਨਾਲ ਚਾਹੇ ਉਹ ਵਿਦੇਸ਼ਾਂ ਦੇ ਵਿੱਚ ਹੋਵੇ, ਚਾਹੇ ਉਹ ਇੱਥੇ ਹੋਵੇ ਸੁਖਵਿਲਾਸ, ਉਹਨੂੰ ਵੀ ਲੈ ਕੇ ਜਿਹੜੇ ਨੇ ਕਈ ਖੁਲਾਸੇ ਕਰਾਂਗਾ ਕਿ ਜਾਇਦਾਦਾਂ ਨੂੰ ਲੈ ਕੇ ਜੋ ਵੀ ਅਕਾਲੀ ਦਲ ਦੇ ਕੱਚੇ ਚਿੱਠੇ ਨੇ ਉਹ ਮੈਂ ਖੋਲਾਂਗਾ। ਮੈਂ ਫੇਰ ਦੁਬਾਰਾ ਕਹਿੰਦਾ ਕਿ ਮੁੱਖ ਮੰਤਰੀ ਖੁਲਾਸੇ ਨਹੀਂ ਕਰਦੇ ਹੁੰਦੇ,
ਮੁੱਖ ਮੰਤਰੀ ਕਾਰਵਾਈ ਕਰਦੇ ਹੁੰਦੇ ਨੇ। ਸੋ ਮੁੱਖ ਮੰਤਰੀ ਸਾਹਿਬ ਸਿਰਫ ਸਟੇਜ ਹੀ ਚਲਾਉਣਾ ਚਾਹੁੰਦੇ ਨੇ, ਇਹ ਸਟੇਟ ਦੀ ਗੱਲ ਹੀ ਨੀ ਕਰਨਾ ਚਾਹੁੰਦੇ। ਮੈਂ ਤਾਂ ਕਿਹਾ ਕਿ ਵਿਜੀਲੈਂਸ ਡਿਪਾਰਟਮੈਂਟ ਮੁੱਖ ਮੰਤਰੀ ਦਾ, ਜੇ ਕੁਛ ਗਲਤ ਹੋਇਆ ਤਾਂ ਕਾਰਵਾਈ ਕਰਨੀ, ਖੁਲਾਸੇ ਕੀ ਹੁੰਦਾ ਕਿ ਆਪਾਂ ਸਟੇਜ ਚਲਾ ਕੇ ਲੋਕਾਂ ਨੂੰ ਹਸਾਉਣਾ ਹੀ ਆ, ਖੁਲਾਸੇ ਹੀ ਕਰਨੇ ਨੇ, ਕਾਰਵਾਈ ਨੀ ਕਰਨੀ। ਇੱਥੋਂ ਸਪਸ਼ਟ ਹੋ ਜਾਂਦਾ ਕਿ ਮੁੱਖ ਮੰਤਰੀ ਕੋਲੇ ਨਾ ਕੋਈ ਸਬੂਤ ਹੈ ਨਾ ਕੋਈ ਸੱਚਾਈ ਹੈ, ਮੁੱਖ ਮੰਤਰੀ ਗੱਲਾਂ ਮਾਰ ਕੇ ਸਮਟ ਪਾਉਣਾ ਚਾਹੁੰਦੇ। ਜੀ ਬਹੁਤ ਬਹੁਤ ਸ਼ੁਕਰੀਆ ਕਲੇਰ ਜੀ ਪੂਰੀ ਜਾਣਕਾਰੀ ਦੇ ਲਈ। ਸੋ ਜਿਵੇਂ ਕਿ ਮੁੱਖ ਬੁਲਾਰੇ ਦੇ ਨਾਲ ਵੀ ਗੱਲ ਕੀਤੀ ਹੈ ਤੇ ਉਹਨਾਂ ਨੇ ਆਖਿਆ ਕਿ ਇਹ ਸਿਰਫ ਅਕਾਲੀ ਦਲ ਦੀ ਛਵੀ ਖਰਾਬ ਕਰਨਾ ਚਾਹੁੰਦੇ ਨੇ ਤੇ ਖੁਲਾਸੇ ਨਹੀਂ ਕਰਦੇ ਹੁੰਦੇ ਮੁੱਖ ਮੰਤਰੀ, ਬਲਕਿ ਕਾਰਵਾਈ ਕਰਦੇ ਹੁੰਦੇ ਨੇ ਜੇ ਇੰਨੀ ਹਿੰਮਤ ਰੱਖਦੇ ਨੇ ਮੁੱਖ ਮੰਤਰੀ ਸਾਹਿਬ ਤੇ ਲੋਕਾਂ ਦੇ ਵਿੱਚ ਆ ਕੇ ਵਿਚਰਨ। ਹੁਣ ਇਸ ਪੂਰੇ ਮਾਮਲੇ ਨੂੰ ਇੱਕ ਵੱਡਾ ਬਿਆਨ ਸਾਹਮਣੇ ਆਇਆ, ਵਿਰੋਧੀ ਧਿਰਾਂ ਇਸ 'ਤੇ ਜੰਮ ਕੇ ਸਿਆਸਤ ਕਰਨਗੀਆਂ, ਅਕਾਲੀ ਦਲ ਦੇ ਵੱਲੋਂ ਵੀ ਆਪਣਾ ਪੱਖ ਜਿਹੜਾ ਰੱਖਿਆ ਗਿਆ ਤੇ ਪੂਰੇ ਮਾਮਲੇ ਦੇ ਵਿੱਚ ਜੇਕਰ ਗੱਲ ਕਰਦੇ ਹਾਂ, ਇੱਕ ਵੱਡੀ ਕਾਰਵਾਈ ਜੇਕਰ ਇਹ ਸਾਹਮਣੇ ਆਉਂਦੀ ਹੈ ਕਿ ਅੱਜ ਜਨਤਕ ਖੁਲਾਸੇ ਕਰਨ ਦੀ ਗੱਲ ਕਰ ਰਹੇ ਨੇ ਸੀਐਮ ਮਾਨ ਤੇ ਅੱਜ ਮੁਕਤਸਰ ਦੀ ਕੋਰਟ ਦੇ ਵਿੱਚ ਜਿਹੜੀ ਹੈ ਅਰਜ਼ੀ ਵੀ ਪਾ ਦਿੱਤੀ ਗਈ ਹੈ, ਇਸ ਮਾਮਲੇ 'ਤੇ ਕੀ ਅਪਡੇਟ ਆਵੇਗਾ ਉਹ ਵੀ ਤੁਹਾਨੂੰ ਦੱਸਾਂਗੇ। ਫਿਲਹਾਲ ਇਸ ਵੀਡੀਓ 'ਚ ਇੰਨਾ ਹੀ, ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ।